ha. So ko bua ko la. Rugby ra. Mane. A kuri bua ki khol di. Ki aba. Pata nahi ga kada phas ki le le ne. Ni khol. Tu kuri ka bua khol pal di ta. Sokha. Ye aba. Sokha. Pata nahi ga bua ni khol lan de. Sokha. Sokhi ni. Tu inda ni ko kya? Na main ta kuch nahi akhya. ਉਹਨੂੰ ਕਹਿੰਦੇ ਨਹੀਂ ਕੋ ਗਿਆ ਕਿਸਨੇ ਆਖਿਆ ਇੱਕ ਮਿੰਟ ਸੋਖਾ ਕੀ ਉਹ ਰੋਂਦੀ ਆ ਜੀ ਬਿਮਾਰੀ ਹੈ ਰੋਣ ਡਈ ਆ ਤੇ ਬੂਆ ਤੇ ਖੋਲੇ ਹਾਂ ਸੋਖਾ ਸੋਖਾ ਹਾਏ ਕਿੰਨਾ ਸਾਰੇ ਕਰਨ ਦੇ ਮੇਰਾ ਤੇ ਮੈਂ ਸੋਖਾ ਬੰਦੇ ਬਦਲੇ ਇਹਨਾਂ ਨੂੰ ਧੋਖਾ ਦੇਣ ਡਈ ਬੂਆ ਖੋਲ ਦੀ ਕੀ ਬਿਮਾਰੀ ਕੀ ਤੈਨੂੰ ਰੋਣ ਕਿਹੜੀ ਗੱਲ ਨਹੀਂ ਆ ਕੀ ਹੋ ਗਿਆ ਵਾ ਕੀ ਹੋਇਆ ਬੂਆ ਕਾ ਤੇ ਮਾਰਿਆ ਇਹ ਤੇ ਪੈਣ ਕਰ ਗਏ ਆ ਜੇ ਮੁੰਡਾ ਨਹੀਂ ਪਸੰਦ ਨਹੀਂ ਕਰਦੇ ਆਹੋ ਸਿੱਧਾ ਸਿੱਧਾ ਕੀ ਲੈ ਅਪਾਰਟਮੈਂਟ ਨਹੀਂ ਪਸੰਦ ਨਾ ਰਹਿਣ ਦਿੰਦੇ ਇਹ ਚ ਰੋਣ ਵਾਲੀ ਕਿਹੜੀ ਗੱਲ ਹੋ ਗਈ ਹਾਂ ਦੱਸ ਸਾਨੂੰ ਕੀ ਗੱਲ ਹੋ ਗਈ ਮੈਂ ਪਤਾ ਕੀ ਹੋ ਗਿਆ ਮੱਕੀ ਖੜੇ ਅੰਦਰ ਗੱਲ ਦੱਸ ਕੀ ਹੋਈ ਹੁਣ ਕੋਈ ਨਹੀਂ ਗੱਲ ਹੋਈ ਰੋਣ ਕਿਹੜਾ ਹੁੰਦੇ ਆ ਸੋਖਾ ਨੇ ਪੈਰਾਂ ਥੱਲੇ ਜ਼ਮੀਨ ਖਿਸਕੀ ਅੱਜ ਤਾਂ ਕੋਈ ਬੂਆ ਮਾਰਦਾ ਭਲਾ ਛਦਾਈਆਂ ਵਾਲੇ ਕੰਮ ਵਾ ਤੇਰੇ ਨਾਲ ਤੂੰ ਆਪ ਦੇ ਮਰਨਾ ਮਾਰ ਨਾ ਸਾਰਿਆਂ ਨੂੰ ਟੈਕ ਕਰਾਉਣਾ ਸੀ ਅਹੀਂ ਆਖਿਆ ਖਰੀ ਫਾ ਲੱਲਿਆ ਅੰਦਰ ਇਹਨੇ ਨਹੀਂ ਤੈਨੂੰ ਮੁੰਡਾ ਪਸੰਦ ਪਸੰਦ ਵਾ ਤੇ ਫੇ ਬੂਆ ਕਾ ਤੁਮਾਰੀ ਆਹੀ ਦੱਸ ਨਾ ਮੈਂ ਤੂੰ ਹੀ ਸਾਰਿਆਂ ਨੇ ਮੇਰੇ ਵਿਆਹ ਕਰਕੇ ਤੂੰ ਮੈਨੂੰ ਘਰੋਂ ਕੱਲ ਦੇਣਾ ਤਾਂ ਕਰਕੇ ਤੇ ਘਰ ਜਾਣਾ ਨਹੀਂ ਤੂੰ ਆਪਣੇ ਘਰ ਵਿਆਹ ਨਹੀਂ ਕਰਨਾ ਵਿਆਹ ਤਾਂ ਹੁੰਦੇ ਆ ਇਹ ਮੇਰੀ ਗੱਲ ਸੁਣੋ ਤੁਹਾਨੂੰ ਮੁੰਡਾ ਪਸੰਦ ਵਾ ਨਾ ਉਹ ਸਾਨੂੰ ਤੇ ਪਸੰਦ ਰਹਿਦੀ ਆ ਮੁੰਡਾ ਪਸੰਦ ਵਾ ਹਾਂ ਠੀਕ ਵਾ ਪਸੰਦ ਵਾ ਮੈਂ ਤਾਂ ਜੀ ਵੇਖਣਾ ਸੀ ਇਹਨੇ ਤਾਂ ਪਹਿਲੇ ਫੋਟੋ ਪਾੜ ਕੇ ਦੱਸਦੀ ਮੈਂ ਤਾਂ 100 ਨੁਕਸ ਪਿੰਨੀਆਂ ਕੱਢਣੀਆਂ ਸੀ ਪਤਾ ਨਹੀਂ ਇਹਨੂੰ ਕੀ ਹੋਇਆ ਇਹਨੇ ਜਿਹੜੀ ਫੋਟੋ ਪਾੜ ਕੇ ਤਰਾਤੀ ਐ ਤੇ ਮੈਂ ਦੇਖ ਕੇ ਆਈ ਸੀ ਇਹਨੂੰ ਫੋਟੋ ਉਹ ਮੰਮੀ ਐਂ ਵੇਖੀ ਆ ਮੈਨੂੰ ਮੁੰਡਾ ਪਸੰਦ ਵਾ ਤੁਹਾਨੂੰ ਪਸੰਦ ਵਾ ਤੁਸੀਂ ਦੱਸੋ ਆਹੋ ਮੁੰਡਾ ਉੱਚਾ ਲੰਮਾ ਜਵਾਨ ਵਾ ਉਹ ਜੇ ਭਾਬੀ ਨੇ ਵੇਖਣਾ ਨਾ ਤੇ ਘਰ ਦਾ ਬਾਨਾ ਵੇਖਣਾ ਘਰ ਵੇਖਣਾ ਭਾਬੀ ਨਾਲ ਲੈ ਜੀ ਆਹੋ ਇਹ ਕਾਲਾ ਤੇ ਕਰਨਾ ਹੀ ਚਲੋ ਤੁਹਾਨੂੰ ਮੈਂ ਵੇਖ ਲੈਣਾ ਤੇ ਪੈਲੀ ਬੰਨੇ ਦਾ ਕੀ ਹਿਸਾਬ ਕਿਤਾਬ ਆ ਪੈਲੀ ਬੰਨਾ ਮੈਂ ਸਾਰਾ ਕੁ ਪਤਾ ਕਰ ਲਿਆ 11 ਕਿੱਲੇ ਪੈਲੀ ਆ ਸਭ ਕੋ ਓਕੇ ਆ ਪਿੰਡ 'ਚ ਪੂਰੀ ਸਿਫਤ ਵਾ ਮੁੰਡੇ ਦੀ ਕਿ ਮੁੰਡਾ ਭਲਾ ਮਾਸਾ ਨਸ਼ੇ ਪੱਤੇ ਤੋਂ ਰਹਿਤ ਵਾ ਤੇ ਤੈਨੂੰ ਫਿਰ ਕਾਹਦਾ ਰੋਣ ਚੜਿਆ ਇੰਨਾ ਕੋ ਮਿਲ ਗਿਆ ਵਾ ਤੇ ਬੂਆ ਮਾਰ ਮਾਰ ਰੋਣ ਦੀ ਆ ਤੂੰ ਆ ਜੀ ਤਾਂ ਤੇਰਾ ਅੱਜ ਹੀ ਟੋਲਾ ਤੋੜ ਦੇਣਾ ਹੁੰਦਾ ਵਾ ਕੱਲਾ ਕੱਲਾ ਮੁੰਡਾ ਨਾ ਦਰਾਣੀ ਨਾ ਜਠਾਣੀ ਮਾਂ ਪੁੱਤ ਹੈਗੇ ਮੰਨੇ ਰਾਵ ਚੋਲਿਆਂ ਨੂੰ ਫੋਨ ਕਰੀਏ ਪੱਕੀ ਦਿੱਤੀ ਭਾਬੀ ਕਿਦਾਂ ਕਰਨਾ ਮੈਂ ਕੀ ਕਹਿਣਾ ਤੂੰ ਆਪੇ ਕਰ ਲੈ ਜਿਹੜੀ ਗੱਲ ਕਰਨੀ ਮੇਰੇ ਨਾਲ ਤੇ ਹੁਣ ਜੋ ਮੁੰਡਾ ਵੇਖਣਾ ਭਾ ਵੇਖਣਾ ਆਹੋ ਵੇਖਣਾ ਹੀ ਆ ਕੇ ਚੱਲ ਮੁੰਡਾ ਉਹ ਘਰ ਵੀ ਵੇਖਣ ਚਾਰ ਚਾਤੀ ਮਾਰੀ ਹੁੰਦੀ ਆ ਫੋਟੋ ਤੇ ਹੁਣ ਵੇਖੀ ਨਹੀਂ ਹੁਣ ਮੁੰਡਾ ਤੇ ਵੇਖਣਾ ਹੀ ਵੇਖਣਾ ਚੱਲ ਘੱਟ ਦੋਵੇਂ ਜਾਣੇ ਚੱਲ ਜਿਓ ਨਹੀਂ ਤਾਂ ਤੰਨੇ ਚੱਲ ਜਿਓ ਤੇ ਵੇਖ ਆਇਓ ਜਾ ਆ ਵੇਖਉਨੇ ਜਾ ਕੇ ਆ ਆਏ ਗਿਆ ਪਤਾ ਨਹੀਂ ਕੀ ਹੋ ਵੇਖੇ ਸੁਣੇ ਦਾ ਬੜਾ ਫਰਕ ਹੁੰਦਾ ਮੈਂ ਗਲੋਂ ਲੱਗ ਨਹੀਂ ਰਹੀ ਆ ਉਹਦੀ ਮਿੰਟਾਂ ਜੋ ਦੀ ਬੰਦੇ ਨੂੰ ਭੰਬੜ ਭੂਸੇ ਚ ਪਾਤਾ ਤੁੰਦੇ ਹੋਰ ਕੀ ਆ ਸਾਰੇ ਟੱਬਰ ਦੀ ਜਾਨ ਸੁੱਕ ਗਈ ਵੀ ਕੀ ਹੋ ਗਿਆ ਵਾ ਕਿਉਂ ਬੂਆ ਮਾਰਿਆ ਇਹਨੇ ਪਾਣੀ ਦੇ ਨਹੀਂ ਘੋਟੇ ਨੂੰ ਅਕਲ ਹੀ ਹੈ ਨਹੀਂ ਕਿਤੇ ਇਹਨਾਂ ਪਾਣੀ ਲਿਆ ਦੋ ਲਿਆ ਜੋ ਹਣ ਮੂੰਹ ਬਣਾਉਂਦੀ ਏ ਪਾਠੀ ਅਰਗਾ ਗਾੜੀ ਚਲੋ ਹੋ ਗਈ ਗੱਲ ਮੇਰੀ ਆ ਕੀ ਆ ਕਈ ਵਾਰ ਵੇਖਣਾ ਵੇਖ ਲੋ ਕੋਈ ਨਹੀਂ ਹੋਰ ਹੀ ਵੇਖਣ ਕਰਕੇ ਸਲਾਹ ਜਾਮ ਨੇ ਤਿੰਨੇ ਜਾਣੇ ਚੱਲ ਜਾਓ ਤਿੰਨੇ ਦੋਵੇਂ ਭਰਾ ਤੇ ਨਾਲ ਲੈ ਜਾਓ ਭਾਬੀ ਆਪਣੀ ਭਾਬੀ ਨੇ ਕੀ ਕਰਨਾ ਭਾਬੀ ਇੱਥੇ ਰਹਿੰਦੀ ਆਪੇ ਵੀਰ ਵੇਖ ਆਉਂਦੇ ਜਾ ਕੇ ਉਹਨੇ ਵੇਖਿਆ ਤੂੰ ਫੋਟੋ ਵੀ ਪਾੜ ਕੇ ਰੱਖ ਦਿੱਤੀ ਉਹਨੇ ਉਹਦੇ ਤੇ ਜ਼ਰੂਰੀ ਆ ਆਹੋ ਜੇ ਤੇ ਸੁਈ ਰੱਖੀ ਆ ਮੈਂ ਕਿ ਗਿਣਤੀ ਚ ਨਹੀਂ ਹੈਗੀ ਤੇਰੇ ਭਾਣੇ
ਨਹੀਂ ਜਿੰਨੇ ਆਏ ਨੂੰ ਤੁਹਾਨੂੰ ਚਾਹ ਪਾਣੀ ਪਿਆਲਣਾ ਪੁੱਛਣਾ ਗਿੱਛਣਾ ਉਹਨੂੰ ਕਿਤਰਾ ਮੈਂ ਪਿਛਾਹ ਕਰਦਾ ਕੁੜੀ ਨੂੰ। ਨਹੀਂ ਮੰਮੀ ਮੁੜ ਕੇ ਮੇਰਾ ਵਿਆਹ ਹੋ ਗਿਆ ਤੇ ਮੈਂ ਚਲੀ ਜਾਣਾ, ਚੱਲ ਭਾਬੀ ਮੇਰੇ ਲਾਗੇ ਰਹਿਣ ਦੋ ਥੋੜੇ ਦਿਨ। ਪਾਣੀ ਸੋਚ ਸੋਚ ਪੀਣ ਡੀ, ਮੈਨੂੰ ਇਹ ਨੀ ਸਮਝ ਲੱਗਦੀ, ਪਹਿਲਾਂ ਮੈਨੂੰ ਇਹਨੇ ਫੋਟੋ ਨੀ ਵਿਖਾ ਲਈ, ਹੁਣ ਮੈਨੂੰ ਉੱਥੇ ਜਾਣ ਨੀ ਦੇਣ ਡੀ, ਗੱਲ ਕੀ ਆ ਵਿੱਚ ਦੀ ਉਹ ਮੈਨੂੰ ਦੱਸ। ਚੱਲ ਗੱਲ ਕੋਈ ਨੀ ਗੀ, ਆਪਾਂ ਗੱਲ ਕਰ ਲਈ ਆ, ਸਲਾਹ ਕਰਕੇ ਫਿਰ ਟਾਈਮ ਦੇ ਦੇ ਤੁਹਾਨੂੰ ਕਿੱਦਾਂ ਆਉਣਾ। ਵੱਖਰੇ ਤਮਾਸ਼ਾ ਲਾ ਕੇ ਜਾਣ ਕੇ ਹੀ ਗੀ, ਕੋਈ ਆਣ ਪਾਣ ਵੇਖ ਲੈਂਦਾ ਸੁਣ ਲਿਆ ਭਾਗਣਾ ਪਹਿਲਾਂ ਕੀ ਗੱਲ ਹੋ ਗਈ। ਉਦੋਂ ਮੰਮੀ ਮੈਂ ਜਿੱਦਾਂ ਮਰਜ਼ੀ ਇਹਨੇ ਬੂਹਾ ਮਾਰਿਆ, ਹਾਂਜੀ ਕੀ ਕਰਨ ਡੇ? ਠੀਕ ਆ ਮੰਮੀ ਡੈਡੀ ਕੋਠੇ ਤੇ? ਠੀਕ ਆ। ਤੇ ਇੱਕ ਗੱਲ ਦੱਸਣੀ ਤੈਨੂੰ ਮੈਂ, ਖੁਸ਼ ਖਬਰੀ ਆ, ਆ ਤੇਰੀ ਸਹੇਲੀ ਬਾਰੇ ਦੱਸਣ ਡਿਆ ਸੀ, ਮੁੰਡਾ ਵੇਖਿਆ ਇਹਦੇ ਵਾਸਤੇ। ਹਾਂ ਆਪਣੇ ਨਾਲ ਹੀ ਵਿਆਹ ਕਰ ਦੇਣਾ ਜਦੋਂ ਸਾਡਾ ਵਿਆਹ ਹੋਣਾ। ਹਾਂ ਕਰਨ ਡੇ ਆ ਪੌਣ ਸਾਂ ਜੀ, ਆਹ ਫੋਟੋ ਫਾਟੋ ਤਾਂ ਵੇਖੀ ਮੁੰਡੇ ਦੀ, ਬਾਕੀ ਪੌਣ ਸਾਂ ਕਰਨੀ ਆ, ਅਤੇ ਜੇ ਚੰਗਾ ਲੱਗਾ ਫਿਰ ਨਾਲ ਹੀ ਕਰ ਦੇਣਾ। ਠੀਕ ਆ, ਮੈਂ ਤਾਂ ਗੱਲ ਕਰਨੀ ਮੰਮੀ ਡੈਡੀ ਨਾਲ। ਉੱਤੇ ਆ ਚੱਲ ਵੇਖ ਲਾ ਫਿਰ। ਹੁਣ ਖਲੋਤੇ ਕੀ ਵੇਖਣ ਡਏ ਆ? ਮੈਂ ਕੀ ਕਰਾਂ ਹੁਣ, ਦਈਆਂ ਤੇ ਹੈਗਾ ਸਫਾਈਆਂ ਕਰਨ। ਨਹੀਂ ਸਫਾਈਆਂ ਤੇ ਡਏ ਕਰਨ, ਤੁਸੀਂ ਸੁਣੋ ਗੱਲ ਮੇਰੀ। ਹਾਂ ਵੀ ਮੈਂ ਤੁਹਾਨੂੰ ਕਿਹਾ ਸੀ ਨਾ ਇੱਥੇ ਵੀ ਟਾਈਲਾਂ ਲਵਾ ਦਿਓ, ਵੀ ਚੱਲ ਅੱਛਾ ਇੱਕ ਹੋ ਜਾਇਆ ਸਾਰਾ ਹੀ ਕੰਮ ਹੋ ਜਾਊਗਾ। ਹਾਂ ਤੇ ਤੁਸੀਂ ਟਾਈਲਾਂ ਵੀ ਨਹੀਂ ਲਵਾ ਕੇ ਦਿੱਤੀਆਂ, ਇਹਦੇ ਨਾਲ ਤਾਂ ਫਿਰ ਪਹਿਲਾਂ ਕੱਚੇ ਚੰਗੇ ਸੀਗੇ ਜਿਹੜੇ ਵੀ ਚੱਲ ਵਧੀਆ ਕੰਮ ਚੱਲਦਾ ਸੀ ਠੰਡੇ ਸੀ ਨਾਲੇ, ਹੁਣ ਅੰਤਰਾ ਮੀਂਹ ਮਗਰੋਂ ਆਉਂਦਾ ਵਾ ਤੇ ਪਾਣੀ ਪਹਿਲਾਂ ਖਲੋ ਜਾਂਦਾ ਤੇ ਰੋਜ਼ ਪਾਣੀ ਮੈਨੂੰ ਝੱਟਣਾ ਪੈਂਦਾ। ਉਹ ਮੈਨੂੰ ਹੁਣ ਇੰਨੀਆਂ ਗੱਲਾਂ ਨਾ ਸੁਣਾ, ਤੂੰ ਕੰਮ ਕਰ ਲਾ, ਜਦੋਂ ਵਿਆਹ ਹੋ ਜਾਊਗਾ ਨਾ ਉਦੋਂ ਟਾਈਲਾਂ ਵੀ ਲਵਾ ਦੂੰਗਾ ਮੈਂ ਤੈਨੂੰ। ਉਦੋਂ ਨਹੀਂ ਟਾਈਲਾਂ ਲਾਈ ਦੀਆਂ, ਸਾਲ ਬਾਅਦ ਟਾਈਲਾਂ ਲਾਈ ਦੀਆਂ ਮੁੜ ਕੇ ਵਿਆਹ ਕਰਕੇ ਇਦਾਂ ਕੋਠਿਆਂ ਕਾਠਿਆਂ ਦੇ ਵਿੱਚ ਸਾਲ ਬਾਅਦ ਹੀ ਲਾ ਲਈ, ਹੁਣ ਤੂੰ ਕੰਮ ਕਰਨ ਡਈ ਹੈ ਨਾ ਹੁਣ ਸਫਾਈਆਂ ਕਰ ਲਾ। ਪਰ ਮੈਂ ਇਹ ਗੱਲ ਕਹਿਣ ਡਿਆ ਵਾਂ ਵੀ ਆਖੀ ਜਾਨੀ ਉਹ ਵੀ ਚੁੱਕ ਲਓ, ਉਹ ਵੀ ਚੁੱਕ ਲਓ, ਇੱਥੇ ਉੱਤੇ ਕਿੰਨੇ ਚੜ੍ਹਨਾ ਵਾ, ਜਿੰਨੇ ਵੀ ਕਿਸੇ ਨੇ ਭੈਣ ਭਰਾ ਨੇ ਰਿਸ਼ਤੇਦਾਰ ਨੇ ਥੱਲੇ ਹੀ ਰਹਿਣਾ ਵਿਆਹ 'ਚ। ਤੁਸੀਂ ਜਦੋਂ ਲੋਕਾਂ ਦੇ ਘਰੇ ਜਾਂਦੇ ਵਿਆਹਾਂ ਤੇ ਤੁਸੀਂ ਵੇਖਿਆ ਨੀ ਕੱਖ ਵੀ ਕਦੀ ਕੀ ਵੀ ਜਦੋਂ ਆ ਗਰਮੀ ਇੰਨੀ ਹੁੰਦੀ ਵਿਆਹ ਰੱਖ ਲਈਦੇ ਆ ਤੇ ਉਦੋਂ ਕੋਠੇ ਚੜ੍ਹ ਕੇ ਲੋਕੀ ਨਿਆਣੇ ਭੰਗੜੇ ਪਾਉਂਦੇ ਆ, ਆ ਡੀਜੇ ਲਾਉਂਦੇ ਆ, ਖੁੱਲਾ ਥਾਂ ਵਾ ਉੱਤੇ। ਦੁਲਦਰ ਇਹ ਗੱਲ ਮੈਂ ਮੰਨਦਾ ਤੇਰੀ, ਪਰ ਨਾਲ ਨਿਆਣੇ ਹੁੰਦੇ ਆ ਤੇ ਆਵੇ ਬਾਈਆਂ ਜਿਹੜੀਆਂ ਵਾ ਥੋੜੀਆਂ ਛੋਟੀਆਂ ਵਾ, ਕਿਤੇ ਨਿਆਣਾ ਚੜ੍ਹ ਕੇ ਉੱਤੇ ਥੱਲੇ ਨਾ ਡਿੱਗ ਪਏ। ਹਰ ਇੱਕ ਨੂੰ ਡੀਜੇ ਉਹਨੂੰ ਆਖਾਂਗੇ ਵੀ ਥੱਲੇ ਹੀ ਲਾ ਦੋ ਜਿਹੜੇ। ਤੁਸੀਂ ਪੁੱਠਾ ਪਹਿਲਾਂ ਹੀ ਸੋਚਿਆ ਕਰੋ ਚੰਗਾ। ਦੁਲਦਰ ਮੈਨੂੰ ਡਰ ਲੱਗਦਾ ਇਹਨਾਂ ਚੀਜ਼ਾਂ ਤੋਂ, ਮੈਨੂੰ ਤਾਂ ਅੱਗੇ ਵੀ ਕਈ ਵਾਰ ਇਦਾਂ ਹੀ ਸੁਪਨੇ ਨਹੀਂ ਚੰਗੇ ਆਉਂਦੇ, ਮੈਂ ਨਹੀਂ ਮਹਾਰਾਜ ਦਾ ਵਿਆਹ ਚੰਗਾ ਚੰਗਾ ਲੰਘ ਜੇ, ਸਾਡਾ ਵਿਆਹ ਚੰਗਾ ਚੰਗਾ ਲੰਘੇ, ਸਾਡਾ ਮੁੱਠਾ ਵੇਲੇ ਘੜੀ ਚੰਗਾ ਲੱਗੇ, ਮੈਨੂੰ ਤੇ ਹੋਰ ਤਰ੍ਹਾਂ ਹੁੰਦਾ ਰਹਿੰਦਾ ਵਾ। ਮਾਲਕ ਕਿਰਪਾ ਕਰਨ ਵਾਲੀ ਉਹਨੇ, ਸਤਿਗੁਰ ਨੇ ਕਰਨੀ, ਅਸੀਂ ਕੌਣ ਵਾ, ਅਸੀਂ ਤੇ ਅਰਦਾਸਾਂ ਕਰਨ ਵਾਲੇ ਉਹਦੇ ਗਾੜੀ। ਉਹ ਤੇ ਹੈ ਹੀ ਆ, ਪਰ ਤੂੰ ਆ, ਅਸੀਂ ਕੌਣ, ਅਸੀਂ ਤੇ ਕੁਛ ਨਹੀਂ ਗੇ।
ਰੰਗ ਵਾਲਿਆਂ ਨੇ ਬਾਲਟੀ ਇੱਥੇ ਸੁੱਟਤੀ, ਓਦਾਂ ਹੀ ਉਹਦਾ ਢੱਕਣ ਪਤਾ ਨੀ ਕਿੱਥੇ ਸੁੱਟ ਦਿੱਤਾ ਈ, ਓਦਾਂ ਬਾਲਟੀ ਲਬੇੜੀ ਆ ਉਹਨੂੰ। ਮੈਂ ਆਖਿਆ ਮੈਂ ਸਾਫ਼ ਕਰ ਦਵੀ। ਚੱਲ ਕੋਈ ਨੀ, ਉਹ ਜਿਹੜੀ ਆਉਣੀਆਂ ਵਾ ਨਾ ਕੁੜੀਆਂ, ਉਹਨਾਂ ਨੂੰ ਆਖਾਂਗੇ ਬਾਲਟੀ ਧੋ ਕੇ ਰੱਖ ਲੋ ਤੇ ਹਾ ਚੁੱਕ ਦੋ ਤੁਸੀਂ ਵੱਧ ਘੱਟ ਚੀਜ਼ਾਂ ਸਾਰੀਆਂ। ਆਵੇ ਮਨਪ੍ਰੀਤ ਕਿੱਥੇ ਆ? ਥੱਲੇ ਆ ਮਨਪ੍ਰੀਤ, ਉਹ ਵੀ ਥੱਲੇ ਹੀ ਆ ਗਏ। ਆਵੇ ਨਿਆਣਿਆਂ ਦੇ ਗੱਤੇ ਆ ਤੇ ਆ ਵੇਲਾ ਆਉਂਦਾ ਸੀ ਨਾ ਮੈਨੂੰ, ਕਿੱਥੇ ਗਿਆ ਗੱਤਾ ਮੇਰਾ, ਕਿੱਥੇ ਗਿਆ ਵਾ, ਆ ਪਿਆ ਹੀ ਉਹ ਗੱਤਾ। ਚੱਲ ਅੱਛਾ ਹੁਣ ਨਵਾਂ ਵੀ ਆ ਗਿਆ ਤਾਂ ਵੀ ਕੋਈ ਗੱਲ ਨੀ, ਹੋਰ ਇੰਨੇ ਨਵਾਂ ਆ ਗਿਆ ਉਹ ਤੇ ਕੋਈ ਗੱਲ ਨੀ ਗੀ, ਪਰ ਲੱਭਦਾ ਸੀ ਨਾ ਕਿੱਥੇ ਆ ਮੇਰਾ, ਕਿੱਥੇ ਆ। ਕੋਈ ਨੀ ਮੈਂ ਦੱਸ ਦਿੰਦੀ ਮੰਮੀ ਨੂੰ। ਹਾਂਜੀ ਹਾਂਜੀ ਹਾਂ, ਸਫਾਈਆਂ ਕਰਨ ਡੇ ਹੀ ਉਹ ਬੜੀਆਂ ਜਿੱਦਾਂ ਰਹਿ ਜਾਣੀਆਂ ਹੁੰਦੀਆਂ, ਉਹਦੇ ਨੂੰ ਮੀਂਹ ਪੈ ਗਿਆ ਭਾਵੇਂ ਫੇਰ ਹਨੇਰੀ ਨਾ ਖਲਾਰਾ ਆ ਜਾਏ। ਇਹਦਾ ਫੋਨ ਆ ਗਿਆ। ਅੱਛਾ ਚੱਲ ਠੀਕ ਆ, ਚੱਲ ਫਿਰ ਕਰ ਲਿਓ ਬਾਅਦ ਚ। ਹਾਂਜੀ ਠੀਕ ਆ, ਕਰ ਲਓ ਫਿਰ। ਚੰਗਾ ਓਹਦਾ ਸੁੱਖ ਦਾ ਰਿਸ਼ਤਾ ਕਹਿੰਦੇ ਨਾਲ ਹੀ ਆਪਾਂ ਕਰ ਦੇਣਾ ਵਾ ਤੇ ਵਿਆਹ ਇਕੱਠੇ ਹੀ ਕਰ ਲੈਣੇ ਆ। ਅੱਛਾ ਆਹੋ, ਤੇ ਮੈਂ ਚੱਲ ਮੈਂ ਗੱਲ ਕਰਵਾ ਕੇ ਆਉਣੀ ਤੁਹਾਡੀ। ਆਹੋ ਤੇ ਚੱਲ ਚੰਗਾ ਵਾ, ਤੇ ਵੇਖਿਆ ਵੁਖਿਆ ਵਾ ਚੰਗਾ ਵਾ ਮੁੰਡਾ। ਮੰਮੀ ਵੇਖਿਆ ਤੇ ਹੈਗਾ ਵਾ, ਹੁਣ ਉਹਦੇ ਭਰਾ ਤੇ ਭਰਜਾਈ ਨੇ ਜਾਣਾ ਈ ਓ ਘਰ ਵੇਖਣ, ਵੇਖੋ ਪਤਾ ਨੀ ਹੋਣਾ ਵਈਆਂ ਕਿ ਨਹੀਂ ਹੋਣਾ, ਪਰ ਕਹਿੰਦੇ ਵਿਆਹ ਅਸੀਂ ਇਕੱਠਾ ਹੀ ਕਰਨਾ ਵਾ। ਹੋਣਾ ਨੀਗਾ, ਹੋਣਾ ਕਿਉਂ ਨੀਗਾ, ਹੋਣਾ ਕਿਉਂ ਨੀ, ਉਹਨਾਂ ਨੇ ਐ ਚੰਗੀ ਤਰ੍ਹਾਂ ਵੇਖ ਕੇ ਤੇ ਫੇਰ ਉਹਨਾਂ ਨੇ ਕਰਨਾ ਵਾ, ਕਿਉਂਕਿ ਜਿਹੜੇ ਸਿਆਣੇ ਬੰਦੇ ਆ ਪੂਰੀ ਪੂਣ ਛਾਣ ਕਰਕੇ ਤੇ ਫੇਰ ਮੁੰਡੇ ਦਾ ਪਤਾ ਕਰਕੇ ਤੇ ਫੇਰ ਕਿਤੇ ਕਰਦੇ ਆ ਵਿਆਹ। ਆਹੋ ਇਹ ਤਾਂ ਗੱਲ ਸਹੀ ਆ, ਕਿਉਂਕਿ ਅਸੀਂ ਨੀ ਜਿਆਦੀ ਕੀਤੀ ਪੂਣ ਛਾਣ ਤੇ ਮੇਰੇ ਮਨ ਚ ਇਹੋ ਵੀ ਆਇਆ ਕਿ ਹੁਣ ਦੋਵੇਂ ਸਹੇਲੀਆਂ ਸਹੇਲੀਆਂ ਅਸੀਂ ਤਾਂ ਨੀ ਕੀਤੀ, ਜਿਆਦਾ ਤਾਂ ਨੀ ਕੀਤੀ। ਆਹੋ ਇਹ ਤਾਂ ਗੱਲ ਸਹੀ ਆ, ਉਹਨਾਂ ਨੇ ਵੇਖੀ ਪੂਰੀ ਪੂਣ ਛਾਣ ਕਰਨੀ ਆ। ਆਹੋ ਜਿੱਦਣ ਇਹਦੇ ਮਾਮੇ ਦੀ ਕੁੜੀ ਸੁੱਖ ਦਾ ਰਿਸ਼ਤਾ ਕੀਤਾ ਵਾ ਆਪਾਂ, ਉਦਣ ਕਿੰਨੀ ਉਹਨਾਂ ਨੇ ਵੀਰ ਹੋਣਾ ਨੇ ਪੁੱਛਗਿੱਛ ਕੀਤੀ, ਕਿਤੇ ਆਖਣ ਵੀ ਚੰਗੀ ਤਰ੍ਹਾਂ ਹੀ ਪਤਾ ਕਰਨਾ ਵਾ, ਤੇ ਫੇਰ ਜਾ ਕੇ ਤੇ ਫੇਰ ਵੀ ਕੀ ਹੋਇਆ, ਮੁੰਡਾ ਨਸ਼ਾ ਕਰਦਾ। ਉਹ ਤਾਂ ਫੇਰ ਇਹ ਵੀ ਅਜੇ ਲੰਬਾ ਠਾਕਾ ਸੀ, ਵੇਲੇ ਸਿਰ ਪਤਾ ਲੱਗ ਗਿਆ ਸਭ ਕੁਝ। ਕਦੋਂ ਠਾਕਾ ਵੀ ਨੀ ਮੰਮੀ, ਠਾਕਾ ਨੀ ਮਤਲਬ ਠਾਕਾ ਮਿਥਿਆ ਸੀ, ਜਿੱਦਾਂ ਠਾਕਾ ਮਿਥਿਆ ਸੀ। ਆਹੋ ਗੱਲਬਾਤ ਮੁੜ ਕੇ ਪਤਾ ਲੱਗ ਗਿਆ। ਆਹੋ ਜਦੋਂ ਮੰਮੀ ਰੋਈ ਜਾਂਦੇ ਸੀ ਕਿ ਕੁੜੀ ਛੱਡ ਜੇ ਤੇ ਤੀ ਕਹਿੰਦੇ ਸੀ ਵੀ ਅਜੇ ਕਿਹੜਾ ਕੋਈ ਪੱਕ ਠੱਗ ਹੋਇਆ ਜਾਂ ਕੋਈ ਠੱਗ। ਮੈਂ ਕੋਈ ਗੱਲ ਹੀ ਨਹੀਂ ਹੁਣ ਅਜੇ ਡੁੱਲਿਆ ਮੇਰਾ ਤਾਂ, ਮੈਂ ਉਦੋਂ ਆਂਦਾ ਸੀ ਵੀ ਵਿਗੜਿਆ ਕੱਖ ਨਹੀਂ। ਆਹੋ ਨਹੀਂ ਚੱਲ ਚੰਗਾ, ਚੰਗੀ ਤਰ੍ਹਾਂ ਪੁੱਛ ਪੜਤਾਲ ਕਰਨ ਤੇ ਚੱਲ ਚੰਗਾ, ਸਗੋਂ ਹੋ ਜਾਊਗਾ ਰਿਸ਼ਤਾ ਵਧੀਆ ਵਾ, ਕੇ ਬਹੁਤ ਵਧੀਆ ਵਾ, ਸਗੋਂ ਚੰਗਾ ਹੋ ਜਾਊਗਾ। ਤੇ ਮੰਮੀ ਜੇ ਉਹ ਸਾਡਾ ਰਿਸ਼ਤਾ ਛੱਡ ਦੇਣ ਤੇ ਫਿਰ ਵਾਗਰੂ ਵਾਗਰੂ ਭੈਣਾ, ਮੈਨੂੰ ਲੱਗਿਆ ਨੀ ਸੁਪਨੇ ਚੰਗੇ ਆਉਂਦੇ, ਤੂੰ ਕਿੱਦਾਂ ਦੀਆਂ ਗੱਲਾਂ ਕਰਨ ਦੀ, ਤੇਰਾ ਰਿਸ਼ਤਾ ਕਿੱਦਾਂ ਛੱਡ ਦੇਣਗੇ ਪੁੱਤ, ਅਸੀਂ ਤੇ ਕਿਤੇ ਘੁਲੇ ਮਿਲੇ ਆ ਜਿੱਦਾਂ ਇੱਕੋ ਹੀ ਘਰ ਦੇ ਜੀ ਹੁੰਨੇ ਆ। ਨਾਲੇ ਹੁਣ ਤੂੰ ਸਾਰੇ ਬੱਧੀਆਂ, ਤੂੰ ਇਹਨਾਂ ਗੱਲਾਂ ਵੱਲ ਖਿਆਲ ਨੀ ਕਰਨਾ, ਸੋਹਣੀਆਂ ਗੱਲਾਂ ਵੱਲ ਖਿਆਲ ਕਰ। ਇਹ ਆ ਵੀ ਚੱਲ ਜਿੱਦਾਂ ਹੁਣ ਸੁੱਖ ਦਾ ਜੇ ਉਹਨਾਂ ਦਾ ਹੋ ਗਿਆ ਤਾਂ ਸਗੋਂ ਸਹੇਲੀਆਂ ਸਹੇਲੀਆਂ ਸੀ, ਤੁਸੀਂ ਇਕੱਠੀਆਂ ਰਹਿਣਾ ਸੀਗਾ, ਤਾਂ ਕਰਕੇ ਮੈਂ ਕਹਿਣ ਦੀ ਆ ਨਾ ਵੀ ਚੱਲ ਉਹ ਜਾਂ ਉਹਦਾ ਨਾ ਹੁੰਦਾ ਪਹਿਲਾਂ, ਤੇ ਅਸੀਂ ਚੱਲ ਇਕੱਠੀਆਂ ਰਹਿੰਦੀਆਂ, ਬਾਅਦ ਮੈਂ ਵੀ ਉਹਦਾ ਵਿਆਹ ਵੇਖ ਲੈਣਾ। ਉਹ ਸੁਣ ਮੇਰੀ ਗੱਲ, ਅਜੇ ਤੇ ਵੇਖੋਖਾ ਵੀ ਡਏ, ਅਜੇ ਕਹਿ ਨਹੀਂ ਡਏ, ਕਰ ਦੇਣਾ ਕੀ ਪਤਾ, ਅਜੇ ਕਰਨਾ ਖਰਿਆ ਤੇ ਉਹ ਜੇ ਵੇਖ ਕੇ ਉਹਨਾਂ ਛੱਡ ਨਹੀਂ ਦੇਣਾ ਤੇ ਖਰਿਆ ਸਾਲ ਨੂੰ ਕਰਨਾ, ਅਜੇ ਪਸੰਦ ਆਉਣਾ ਨਹੀਂ ਆਉਣਾ ਕੀ ਪਤਾ, ਉਹ ਕਹਿੰਦੇ ਅਸੀਂ ਇਕੱਠਾ ਹੀ ਕਰਨਾ ਵਾ ਜੇ ਕਰਨਾ ਹੋਇਆ ਤੇ। ਇੱਕ ਗੱਲ ਹੋਰ ਵੀ, ਉਹ ਕਈ ਵਾਰੀ ਲੋਕ ਇਹ ਸੋਚਦੇ ਆ ਵੀ ਲਾਸਟ ਤੇ ਵਿਆਹ ਵਾ, ਲਾਸਟ ਵਿਆਹ ਵਾ ਸਾਡੇ ਮੁੰਡੇ ਦਾ, ਸਾਡੇ ਵਿੱਚ ਉਹਨਾਂ ਨੇ ਇਹੋ ਸੋਚਿਆ ਨਾ ਵੀ ਮੁੰਡੇ ਸਾਡੇ ਲਾਸਟ ਵਿਆਹ ਸਾਡੇ ਮੁੰਡੇ ਦਾ,
ਤੇ ਸੁੱਖ ਦਾ ਪ੍ਰਾਹੁਣੇ ਨੇ ਕਿਹੜੇ ਵੇਲੇ ਆਣ ਕੇ ਵਿਆਹ ਵੇਖਣਾ ਇੱਥੇ? ਕੀ ਰਿਵਾਜ ਆਂਦੀ ਸਾਡੇ? ਉਹ ਕਹਿੰਦੀ ਰਿਵਾਜ ਵਾ ਵੀ ਸਾਲ ਦੇ ਵਿੱਚ ਦੋ ਵਿਆਹ ਨਹੀਂ ਕਰੀਦੇ ਜਾਂ ਫਿਰ ਸਾਲ ਬਾਅਦ ਆ ਫਿਰ ਕਰਨਾ। ਸਾਡੇ ਵੀ ਏਦਾਂ ਹੀ ਆ ਪੁੱਤ, ਸਾਰੇ ਏਦਾਂ ਵਾ। ਕਹਿੰਦੀ ਇਹ ਜੇ ਇਕੱਠੇ ਵਿਆਹ ਕਰਦੀ ਹੈ ਜਿੱਦਾਂ ਮਤਲਬ ਹੁਣ ਮੈਂ ਕਿਹਾ ਵੀ ਥੋੜਾ ਫਰਕ ਪਾ ਲਓ। ਆਹੋ ਕਹਿੰਦੀ ਜਿੱਦਾਂ ਤੇਰਾ ਕਰ ਲਓ ਤੇ ਭਾਵੇਂ 6 ਮਹੀਨਿਆਂ ਬਾਅਦ ਹੀ ਮੇਰਾ ਕਰੋ, ਦੋਵਾਂ ਚੋਂ ਇੱਕ ਜਣਾ ਨਹੀਂ ਵਸ। ਹੋ ਗਿਆ ਤੇਰਾ, ਨਿਬੜ ਗਿਆ ਕੰਮ? ਨਿਬੜ ਗਿਆ ਕੰਮ? ਚੱਲ ਪੁੱਤ, ਪੁੱਠੀਆਂ ਗੱਲਾਂ ਨੀ ਸੋਚੀ ਜਾਂਦੇ, ਮਹਾਰਾਜ ਵਾ ਵਸਾਉਣ ਵਾਲਾ, ਮਹਾਰਾਜ ਵਾ ਉਹਨੇ ਸਾਰਿਆਂ ਦੇ ਕਰਨੇ ਆ। ਅਜੇ ਚਲੋ ਵੇਖਣ ਵਾਖਣ ਡਏ, ਅਜੇ ਕੀਤਾ, ਸਾਡੇ ਤੇ ਰਿਹਾ ਹੀ ਥੋੜੇ ਦਿਨ ਗਏ ਵਿਆਹ ਚ। ਚੰਗਾ ਹੋਇਆ ਕਿੱਥੇ ਬੈਠੀ ਆ? ਤੈਨੂੰ ਨੀ ਪਤਾ ਲੱਗਦਾ ਕਿੱਥੇ ਬੈਠੀ? ਨੋ ਪਲਸ ਲੜੀ ਲਾਉਣ, ਤੈਨੂੰ ਕਿਦਾਂ ਅੱਗ ਲੱਗੀ ਨੋ ਪਲਸ ਦੀ? ਜਵਾਂ ਲਾਵਾਂ ਨਾ ਤਾਂ ਮੈਂ ਗੱਡੀਆਂ ਨਾਲ ਕੀਤੀ ਗੱਲ। ਕੀ ਕਹਿੰਦਾ ਗੱਡੀ ਵਾਲਾ? ਫਿਰ ਗੱਡੀ ਵਾਲੇ ਨੇ ਕੀ ਆਖਣਾ ਵਾ? ਉਹ ਪੁੱਛਿਆ ਕਿਰਾਏ ਕਿਰੂਏ ਬਾਰੇ। ਅੱਛਾ, ਤੇ ਆਂਦਾ 2000 ਰੁਪਇਆ। ਮੈਂ ਨਹੀਂ ਯਾਰ ਘੱਟ ਕਰ ਲਾ। ਤੂੰ ਕਿ ਘੱਟ ਕਰਾ ਕੇ ਦੇਣੇ ਤੇ ਸਾਬੀ ਨੇ ਕਿ ਤੂੰ ਦੇਣੇ? ਉਹ ਦੇਣੇ ਤੇ ਸਾਬੀ ਨੇ, ਮੈਂ ਤੇ ਵਿੱਚ 500 ਰੁਪਇਆ ਜਿਹੜਾ ਉਹ ਆਪ ਖਾਵਾਂਗੇ। ਅੱਛਾ, ਘੱਟ ਕਰਾ ਕੇ ਤੇ 500 ਰੁਪਇਆ ਤੂੰ ਖਾਲੇਗਾ ਇਦਾਂ ਨਾ। ਜੇ 2000 ਆਂਦਾ 2000 ਹੀ ਲੈ ਲੈਨੂੰ। ਉਹ ਇੱਕ 2000 ਲਵਾਂਗਾ, 1500 ਕਰਾ ਲਈ ਗੱਡੀ। ਚਲ ਠੀਕ ਆ। ਮੈਂ ਭਲਾ ਇਹ ਆਂਦਾ ਵੀ ਉਹਨੇ 1500 ਦੇਣਾ ਤਾਂ ਹੀ ਅੱਗੇ ਤੂੰ ਵੀ 1500 ਹੀ ਉਹਨੂੰ ਦੇਣਾ ਤੇ ਆਪਣਾ ਕੋਈ ਬਚਣਾ ਪਿਆ ਨਾ? ਮੈਂ ਗੱਲ ਸੁਣ, ਉਧਰ ਮੈਂ ਕੁਰਤਾ ਪਜਾਮਾ ਨਹੀਂ ਪਾ ਗਿਆ, ਮੇਰਾ ਚਿੱਟਾ ਕੁਰਤਾ ਪਜਾਮਾ ਕਿੱਥੇ ਆ? ਆ ਚਿੱਟਾ ਕੁਰਤਾ ਪਜਾਮਾ ਪਾਉਣਾ ਕਿ ਤੂੰ ਰੰਗ ਵਾਲੇ ਨਹੀਂ ਪਾ ਸਕਦਾ? ਉੱਥੇ ਭਲਾ ਤੇਰੇ ਵਰਗੇ ਦਾ ਖੂਨ ਕਰ ਦੇ, ਮੈਂ ਮੁੜ ਕੇ ਮਰ ਜਾ ਧੋਂਦੀ ਧੋਂਦੀ ਨਾ, ਤੇਰੇ ਦਾਗ ਲੱਥਣੇ ਨਾ ਲੈਣਾ ਨਾ ਦੇਣਾ, ਤੇ ਰੰਗ ਵਾਲੇ ਪਾ ਕੇ ਚੱਲ ਜਾ। ਨਹੀਂ ਚਲਾਉਂਦੇ ਕਿਤੇ ਗੋਲੀ? ਹੁਣ ਚਲਾਉਂਦੇ ਗੋਲੀ ਭਲਾ? ਉਹ ਉਦਣ ਏਦਾਂ ਕਹਿੰਦੇ ਸੀ ਤੇ ਹੁਣ ਕਿੱਡਾ ਆਂਦਾ ਚਲਾਉਂਦੇ ਨੀ ਗੋਲੀ? ਉਦਣ ਡਰਦਾ ਫਿਰਦਾ ਸੀ ਯਾਰ। ਉਦਣ ਗੱਲ ਹੋ ਰਹੀ, ਹੁਣ ਥੋੜੀ ਗੱਲ ਹੋਰ ਹੋ ਗਈ ਆ। ਅੱਛਾ, ਹੋਰ ਕੀ ਹੋ ਗਿਆ ਹੁਣ? ਹੁਣ ਗੱਲ ਬਣ ਜਾਣੀ ਆ ਉਹਦਾ, ਬਣ ਜਾਣੀ ਤੇਰੀ ਗੱਲ, ਤੇਰੀ ਇੱਥੇ ਗੱਲ ਨਾ ਬਣੀ ਤੇ ਫਿਰ ਮੈਂ ਮਰਨਾ। ਮੈਂ ਉੱਥੇ ਰੰਗ ਵਾਲੇ ਪਾਲਾ ਚੁੱਪ ਕਰਕੇ ਜਾ ਕੇ ਸੂਟ, ਮੇਰੇ ਕੋਲ ਨਹੀਂ ਤੁਮੜੇ ਤਮੜੇ, ਸਿੱਧੀ ਗੱਲ ਹੀ। ਕੰਮ ਤੇਰਾ ਹੋ ਰਿਹਾ ਵਿੱਚ ਲੈ ਟੋਰ ਟੂਰ ਕੱਢਣ ਦਾ, ਕੁੱਤਾ ਪਜਾਮਾ ਪਾਇਆ, ਜੁੱਤੀ ਦੀ ਪਾਈ, ਤੇਰੀ ਟੋਰ ਵੇਖਣੀ ਆ ਤੇ ਤਰ ਤੇਰੀ ਵੇਖਣੀ ਆ, ਤੇਰੀ ਨੋ ਪਾਉਚ ਵੇਖਣੀ ਆ, ਮੇਰੀ ਵੇਖਣੀ ਆ ਨਾਲ ਤਰ ਤੇਰੀ। ਕਿਹੜਾ ਕਿਹੜਾ ਨੋ ਵਧਾਇਆ ਤੂੰ? ਹੈ ਵਧਾਉਣੇ ਨਹੀਂ ਆ, ਮੈਨੂੰ ਸ਼ੌਕ ਆ। ਸੁੱਕਾ ਦਾ ਸੌਂ ਗਿਆ? ਸ਼ੌਕ ਆ ਮੈਨੂੰ ਭਾਬੀ ਹੁਣੀ ਜੇ ਸਾਬੀ ਦਾ ਘਰ ਵੇਖਣ ਚੱਲ ਗਏ ਤੇ ਪੰਗਾ ਬਹੁਤ ਵੱਡਾ ਪੈ ਜਾਣਾ। ਭਾਬੀ ਨੇ ਤੇ ਉਸੇ ਟਾਈਮ ਉਹਨੂੰ ਪਛਾਣ ਲੈਣਾ ਵੀ ਇਹ ਤੇ ਮਨਪ੍ਰੀਤ ਦੀ ਮਾਸੀ ਦਾ ਮੁੰਡਾ ਵਾ। ਸਾਬੀ ਦਾ ਦਿਮਾਗ ਵੀ ਏਡਾ ਹੀ ਖੋਤਾ ਹੀ ਹੋ ਵੀ ਜੇ ਤੂੰ ਮੇਰੇ ਨਾਲ ਵਿਆਹ ਕਰਾਉਣਾ ਹੀ ਆ ਤੇ ਇਹੋ ਜਿਹੀਆਂ ਜੱਬਲੀਆਂ ਨਾ ਮਾਰ, ਇਹੋ ਜਿਹੇ ਕੰਮ ਨਾ ਕਰ, ਹੁਣ ਮੇਰੀ ਵੀ ਜਾਨ ਫਸੀ ਪਈ ਆ ਨਾ। ਮਨਪ੍ਰੀਤ ਵੀ ਵੀ ਦੱਸ ਤੂੰ ਨਾ ਕਹਿ ਵੀ ਮੇਰੀ ਮਾਸੀ ਦਾ ਮੁੰਡਾ, ਕਿਤੇ ਕਹਿ ਲਾ ਤੂੰ ਉਹਦੀ ਰਿਸ਼ਤੇਦਾਰੀ ਆ, ਕੋਈ ਨਾ ਕੋਈ ਗੱਲ ਸਾਂਭ ਲਾ। ਪਰ ਹੁਣ ਮੈਂ ਤੇ ਇੱਥੇ ਬੈਠੀ ਸੋਚਣ ਡਈ ਆ ਵੀ ਗੱਲ ਸਾਂਭ ਲਾ, ਉਹ ਕਰ ਲਾ ਜੇ ਕਰ ਲਾ, ਮੈਨੂੰ ਕੀ ਪਤਾ ਉਸ ਟਾਈਮ ਕੀ ਬਣ ਡਿਆ ਸੀ। ਉਹਨੇ ਵੀ ਦਵਾ ਦਬ ਜੋ ਕਹਿਣਾ ਸੀ ਕਹਿ ਦਿੱਤਾ। ਭਾਬੀ ਨੇ ਤੇ ਆਣ ਕੇ ਉਸੇ ਟਾਈਮ ਘਰ ਕਹਿ ਦੇਣਾ ਵੀ ਉਹਦੀ ਮਾਸੀ ਦਾ ਮੁੰਡਾ ਵਾ ਤੇ ਸਾਡੇ ਚ ਨੀ ਇਹ ਵੱਟਾ ਸੱਟਾ ਕਰਦੇ, ਇੱਧਰੋਂ ਆਪਾਂ ਕੁੜੀ ਲਿਆਉਣੀ ਤੇ ਉੱਧਰ ਆਪਾਂ ਕੁੜੀ ਦੇਣੀ, ਵੱਟੇ ਸੱਟੇ ਵਾਲਾ ਕੰਮ ਨੀ ਚੱਲਣਾ ਇੱਥੇ। ਕੋਈ ਨਾ ਕੋਈ ਸਕੀਮ ਨਾ ਲਾਵਾਂ ਕਿ ਭਾਬੀ ਉਹਦਾ ਘਰ ਨਾ ਵੇਖਣ ਜਾਵੇ, ਏਦਾਂ ਹੀ ਗੱਲ ਟਲ ਜੇ। ਉੱਧਰੋਂ ਮੇਰੇ ਵਿਆਹ ਦੇ ਵੀ ਦਿਨ ਨੇੜੇ ਆ ਜਾਣੇ ਤੇ ਉਹਨਾਂ ਦੇ ਵੀ,
ਤੇ ਆਪੇ ਵਿਆਹ ਵਾਲੇ ਦਿਨ ਹੀ ਭਾਬੀ ਉਹਨੂੰ ਵੇਖੇ। ਜੇ ਉਦਣ ਵੇਖੂਗੀ ਤੇ ਫਿਰ ਕਿਹੜਾ ਕੁਝ ਕਰ ਸਕਦੀ ਆ ਵਿਆਹ ਵਾਲੇ ਦਿਨ। ਇਹਨੂੰ ਪਤਾ ਭਾਬੀ ਨੂੰ ਹੁਣ ਵੀ ਜੇ ਮੈਂ ਰੌਲਾ ਪਾਇਆ ਤੇ ਸਾਡੀ ਇੱਜ਼ਤ ਖਰਾਬ ਹੋਣੀ ਆ, ਫਿਰ ਤੇ ਭਾਬੀ ਕੁਝ ਨਹੀਂ ਕਰ ਸਕਦੀ। ਕੀ ਸੋਚਾਂ ਇੱਦਾਂ ਦਾ ਵੀ ਭਾਬੀ ਨਾ ਜਾਵੇ ਘਰ ਵੇਖਣ, ਵੀਰ ਚੱਲ ਜੇ, ਚੱਲ ਵੀਰ ਨੂੰ ਕਿਹੜਾ ਚੇਤਾ ਆਉਣ ਡਿਆ। ਮੈਨੂੰ ਤੇ ਇਹਨੂੰ ਫੋਨ ਲਾ ਕੇ ਦੱਸਦੀ ਆ ਪਤਾ ਕਿ ਤੂੰ ਇੱਦਾਂ ਦੇ ਤੇਰੇ ਕੰਮ ਛਦਾਈਆਂ ਵਾਲੇ ਕਿਉਂ ਕੀਤੇ ਆ, ਤੂੰ ਹੀ ਉਦੋਂ ਬੰਦੇ ਆ ਟਲ ਜਾਂਦਾ। ਲਾਡੀ ਕਿੰਨੇ ਦਿਨ ਹੋ ਗਏ ਆ ਮੈਨੂੰ ਫੋਨ ਕਰ ਕਰਕੇ ਪੈਸੇ ਮੰਗਦਾ, ਹੁਣ ਵੀ ਮੈਸੇਜ ਕਰਨ ਡਿਆ ਵੀ ਕੀਤਾ ਰੇਂਜ ਕੀਤਾ ਰੇਂਜ, ਤੇ ਆਪਣੇ ਕੋਲ ਜਿਹੜੇ ਹੈਗੇ ਆ ਬੈਂਕ ਚ ਪੈਸੇ ਦੇ ਦਈਏ, ਨਹੀਂ ਤੇ ਵਿਆਜੀ ਦੇਣੇ। ਅੱਜ ਉਹਦਾ ਗੱਲ ਹੋਰ ਵਾ, ਕੱਲ ਨੂੰ ਹੋਰ ਵਾ, ਅਸੀਂ ਵਿਆਜੀ ਪੈਸੇ ਨਹੀਂ ਦੇਣੇ, ਜੋ ਮਰਜ਼ੀ ਹੋ ਜੇ। ਤੂੰ ਏਦਾਂ ਕਰ ਵੀ ਤੂੰ ਪੈਸੇ ਜਮਾਂ ਕਰਾ ਦੇ, ਖੁੱਲੇ ਕਰਾ ਦੇ। ਉਹ ਮੰਮੀ ਐਫ ਡੀ ਕਰਾ ਲੈਂਦੇ, ਨਹੀਂ ਤੇ ਫਿਰ ਉਹਨੂੰ ਵਿਆਜ ਵੀ ਪੈ ਜਾਂਦਾ। ਤੇ ਫਿਰ ਪੁੱਤ ਐਫ ਡੀ ਟੁੱਟਣੀ ਨਹੀਂ ਉਹ, ਜੇ ਕੱਲ ਨੂੰ ਤੇਰੇ ਵਿਆਹ ਵਿਊਹ ਦਾ ਕੋਈ ਖਰਚਾ ਖੁਰਚਾ ਪੈ ਗਿਆ ਤੇ ਫਿਰ ਕਿੱਥੋਂ ਇਸ ਗੱਲ ਵੀ ਕਰਾਂਗੇ, ਹਨਾ। ਮੈਂ ਕਿਹਾ ਚੱਲ ਪਏ ਆ, ਉਹਨੂੰ ਵਿਆਜ ਵੀ ਪੈ ਜੂ ਥੋੜੇ ਬਹੁਤੇ ਵੱਧ ਜਾਣਗੇ। ਚੱਲ ਕੋਈ ਨਾ, ਵਿਆਜ ਦੀ ਕੋਈ ਗੱਲ ਨਹੀਂ ਜੀ। ਨਾਲੇ ਨਾ ਤੇਰੇ ਮਾਮੇ ਦਾ ਫੋਨ ਆਉਣ ਡਿਆ ਵਾ, ਦੋ ਤਿੰਨ ਵਾਰੀ ਆਇਆ, ਤੂੰ ਵੇਖ ਜੇ ਨੌਕਰੀ ਨਾਕਰੀ ਦੀ ਗੱਲ ਬਣਦੀ ਆ ਤੇ ਉਹ ਆਪਾਂ ਬਣਾ ਲਈਏ, ਥੋੜੇ ਬਹੁਤੇ ਜੇ ਪੈਸੇ ਦੇਣੇ ਦੇਣੇ ਪੈਣਗੇ ਤੇ ਚੱਲ ਦੇ ਦਾਂਗੇ, ਦੇਖ ਲਾ ਆਪਣੀ ਮਰਜ਼ੀ ਕੀ ਕਰਨਾ। ਚੱਲ ਨੌਕਰੀ ਦੀ ਗੱਲ ਬਣ ਜੇ ਚੰਗੀ ਗੱਲ ਆ, ਪੜਿਆ ਵੀ ਕਿ ਪਾਸੇ ਗੱਲ ਬਣ ਜੂਗੀ। ਇਹ ਪੁੱਤ ਲੋਕੀ ਗੱਲਾਂ ਕਰਦੇ ਨੇ, ਮੈਨੂੰ ਆਣ ਕੇ ਕਹਿੰਦੇ ਕਿ ਮੁੰਡਾ ਤੁਰਿਆ ਫਿਰਦਾ ਇਹਨੇ ਬਾਹਰ ਜਾ ਕੇ, ਤੁਸੀਂ ਕੰਮ ਉਤਾਰ ਕੇ ਨਹੀਂ ਲਾਉਣਾ, ਤੇ ਤੂੰ ਇੱਦਾਂ ਕਰ ਕੋਈ ਕੰਮ ਕਰ, ਪੈਸਿਆਂ ਦੀ ਕੋਈ ਗੱਲ ਨਹੀਂ, ਪੈਸੇ ਥੋੜੇ ਬਹੁਤੇ ਜੇ ਦੇਣੇ ਪੈਣਗੇ ਤੇ ਦੇ ਦਾਂਗੇ, ਠੀਕ ਆ। ਆਹੋ ਉਹ ਤਾਂ ਗੱਲ ਹੈਗੀ ਆ। ਹੈਲੋ, ਕੀ ਹਾਂ, ਹੁਣ ਕੀ ਬਿਪਤਾ ਹੋਰ ਪਾਤੀ ਜੇ ਮੇਰੇ ਭਾਦੀ, ਕੀ ਹੋਇਆ ਵਾ ਹੁਣ? ਕੀ ਆ ਤੁਹਾਨੂੰ ਕੌਣ ਆਂਦਾ ਸੀ ਵੀ ਮੇਰੇ ਭਰਾ ਭਰਜਾਈ ਦੇ ਸਾਹਮਣੇ ਆਉਣ ਵਾਸਤੇ? ਯਾਰ ਮੈਂ ਕਦੋਂ ਆਇਆ ਵਾ? ਕਿਉਂ ਆਈ ਨਹੀਂ ਜੇ, ਜਦੋਂ ਦੱਸਿਆ ਵੀ ਮਾਸੀ ਦਾ ਮੁੰਡਾ ਵਾ ਮੈਂ ਮਨਪ੍ਰੀਤ ਦੀ ਦਾ। ਯਾਰ ਉਹ ਮੈਂ ਨਹੀਂ ਆਖਿਆ, ਮਨਪ੍ਰੀਤ ਨੇ ਕਿਹਾ ਸੀ। ਚੱਲ ਮੈਨੂੰ ਪਤਾ ਉਹਨੇ ਕਿਹਾ, ਉਹਨੂੰ ਜੋ ਉਦੋਂ ਸਹੀ ਲੱਗਾ ਸਿਚੁਏਸ਼ਨ ਦੇ ਹਿਸਾਬ ਨਾਲ ਉਹਨੇ ਸਾਂਭਣ ਵਾਸਤੇ ਕਹਿਤਾ, ਤੇ ਹੁਣ ਮੈਂ ਕੀ ਕਰਾਂ? ਇੱਥੇ ਵੀਰ ਭਾਬੀ ਹੁਣੀ ਕਹਿਣ ਡੇ ਮੇਰੇ ਭਰਾ ਭਰਜਾਈ ਵੀ ਤੁਹਾਡਾ ਘਰ ਵੇਖਣ ਆਉਣਾ ਵਾ। ਘਰ ਵੇਖਣ ਆਉਣਾ ਵਾ? ਆਹ ਘਰ ਵੇਖਣ ਤੋਂ ਬਗੈਰ ਨਹੀਂ ਸਰਦਾ। ਤੇ ਜੇ ਉਹਨਾਂ ਨੇ ਆਪਣੀ ਕੁੜੀ ਵਿਆਹਣੀ ਤਾਂ ਘਰ ਨਹੀਂ ਵੇਖਣਾ? ਗੱਲ ਇਹ ਵੀ ਆ, ਭਾਬੀ ਨੇ ਤਾਂ ਝੱਟ ਪਛਾਣ ਲੈਣਾ ਵੀਰ ਮੇਰਾ ਤਾਂ ਹੈ ਇੱਦਾਂ ਦਾ, ਉਹਨੂੰ ਚੇਤਾ ਭੁੱਲ ਜਾਂਦਾ ਜਿਹੜਾ ਬੰਦੇ ਨੂੰ ਮਿਲਿਆ ਹੋਵੇ ਕਈ ਵਾਰੀ, ਹੁਣ ਦਿਨ ਚ 100 ਬੰਦਿਆਂ ਨੂੰ ਮਿਲਦਾ ਉਹਨੂੰ ਕਿਹੜਾ ਚੇਤਾ ਰਹਿੰਦਾ ਵੀ ਮੈਂ ਕਿਹਨੂੰ ਮਿਲਿਆ ਕਿਹਨੂੰ ਨਹੀਂ। ਕਈ ਬੰਦੇ ਦੀਆਂ ਸ਼ਕਲਾਂ ਸੇਮ ਹੁੰਦੀਆਂ, ਪਰ ਭਾਬੀ ਮੇਰੀ ਦਾ ਸੁਭਾਅ ਇੱਦਾਂ ਦਾ ਵਾ ਵੀ ਉਹਦੇ ਬੰਦੇ ਜਿਹਨੂੰ ਇੱਕ ਵਾਰੀ ਮਿਲੇ ਉਹ ਤਾਂ ਪੋਤੜੇ ਤੱਕ ਫੋਲ ਦਿੰਦੀ ਆ। ਫੇਰ ਹੁਣ ਕੀ ਕੀਤਾ ਜਾਵੇ? ਕੀ ਕੀਤਾ ਜਾਵੇ? ਪਹਿਲਾਂ ਤੈਨੂੰ ਕੌਣ ਆਉਂਦਾ ਸੀ ਇਹੋ ਜਿਹੇ ਪੁੱਠੇ ਕੰਮ ਕਰਨ ਨੂੰ? ਯਾਰ ਹੁਣ ਮੈਂ ਥੋੜੀ ਕਿਹਾ ਸੀ ਵੀ ਭਾਬੀ ਹੁਣੀ ਉੱਥੇ ਆ ਜਾਣਗੇ, ਮੈਨੂੰ ਥੋੜੀ ਪਤਾ ਸੀ ਵੀ ਮਨਪ੍ਰੀਤ ਉੱਥੇ ਬੈਠੀ, ਮੈਂ ਤੇ ਆਪਣੇ ਹਿਸਾਬ ਨਾਲ ਗਿਆ। ਆਪਣੇ ਹਿਸਾਬ ਨਾਲ ਗਿਆ? ਹੁਣ ਮੇਰੇ ਪਾਸ ਤਾਂ ਸਿਆਪਾ ਪਿਆ ਨਾ, ਇੱਕ ਪਾਸੇ ਮੇਰੀ ਜਾਨ ਨਿਕਲਦੀ ਦੂਜੇ ਪਾਸੇ ਮੇਰੀ ਜਾਨ ਫਸ ਜਾਂਦੀ ਹੈ। ਯਾਰ ਹੁਣ ਇਹ ਤੇ ਗੱਲ ਟੈਨਸ਼ਨ ਵਾਲੀ ਆ ਤੇ ਘਰ ਆਉਣ ਤੋਂ ਬਗੈਰ ਵੀ ਇਹਨਾਂ ਰਿਸ਼ਤਾ ਨਹੀਂ ਕਰਨਾ। ਚੱਲ ਮੈਂ ਵੇਖਦੀ ਆ ਕਰਦੀ ਆ ਕੋਈ ਨਾ ਕੋ ਵੀ ਹੁਣ ਤੁਹਾਡਾ ਘਰ ਨਾ ਵੇਖਣ ਆਉਣ, ਇੱਦਾਂ ਕੋਈ ਨਾ ਕੋਈ ਸਕੀਮ ਲੰਮੀ ਆ ਮੈਂ। ਦਾ ਕੋਈ ਹਿਸਾਬ ਕਿਤਾਬ? ਹੈਲੋ ਮੰਮੀ ਆ ਗਈ, ਮੰਮੀ ਇੱਕ ਮਿੰਟ ਰੁਕ ਜਾ। ਹੁਣ ਫਰਾਟੇ ਦਾ ਫੋਨ ਆਇਆ। ਹੈਲੋ।